ਹਮਲਾ ਕੀਤਾ ਸੀਗਾ ਜੀ। ਇਹ ਜੀ ਜਿਹੜੀ ਕੁੜੀ ਦਾ ਰੇਪ ਹੋਇਆ ਨਾ, ਹਾਂਜੀ ਠੀਕ ਹੈ, ਇਸ ਕੁੜੀ ਨੂੰ ਜਾਨ ਤੋਂ ਮਾਰਨ ਆਇਆ ਜੀ। ਅੱਛਾ ਜੀ, ਆਜੋ 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 ਆਜੋ, ਯਹੀ ਮਰੇਗਾ ਚੁੱਪੀ ਸਾਹਿਬ ਕੇ ਚੱਪਾ ਕੇ ਬਾਹਰ, ਯਹੀ ਮਰੇਗਾ। ਕੈਮਰਾ ਲੋਡ ਨਹੀਂ, ਕੁੜੀ ਨਾਲ ਰੇਪ ਹੋਇਆ ਨੂੰ ਜਾਨ ਤੋਂ ਮਾਰਨ ਆਇਆ। ਆ ਦੇਖੋ ਕਿਵੇਂ ਇਹਨਾਂ ਮਹਿਲਾਵਾਂ ਨੂੰ ਇਸ ਸ਼ਖਸ ਨੇ ਭੱਜ ਕੇ ਕਾਬੂ ਕੀਤਾ ਹੈ, ਜਿੱਥੇ ਪਹਿਲਾਂ ਇਹਨਾਂ ਦੇ ਵਿੱਚ ਆਪਸ 'ਚ ਪੱਥਰ ਵੀ ਚੱਲੇ ਸੀ, ਜਿਸ ਤੋਂ ਬਾਅਦ ਮਹਿਲਾਵਾਂ ਭੱਜ ਰਹੀਆਂ ਸੀ ਅਤੇ ਫਿਰ ਦੋਨੇ ਮਹਿਲਾਵਾਂ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ, ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ 13 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਸੀ, ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਹੋਇਆ ਸੀ। ਤਾਂ ਲੋਕਾਂ ਮੁਤਾਬਿਕ ਮੌਕੇ 'ਤੇ ਕੁਝ ਅਣਪਛਾਤੀਆਂ ਮਹਿਲਾਵਾਂ ਦੇ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਭੱਜਣ ਲੱਗਦੀਆਂ ਨੇ ਅਤੇ ਫਿਰ ਪੱਥਰਬਾਜ਼ੀ ਹੁੰਦੀ ਹੈ ਅਤੇ ਅੱਗੇ ਜਾ ਕੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਕਿ ਰੇਪ ਪੀੜਤਾ ਲੜਕੀ ਨੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ, ਤਾਂ ਇਸੇ ਵਿਚਾਲੇ ਕੁਝ ਲੋਕਾਂ ਦੇ ਵੱਲੋਂ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਦੋਨਾਂ ਹੀ ਧਿਰਾਂ ਦੇ ਵਿੱਚ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹ ਇੱਕ ਦੂਸਰੇ 'ਤੇ ਪੱਥਰਬਾਜ਼ੀ ਕਰਦੇ ਨਜ਼ਰ ਆ ਰਹੇ ਨੇ। ਲਿਹਾਜ਼ਾ ਦੋ ਮਹਿਲਾਵਾਂ ਨੂੰ ਲੋਕਾਂ ਦੇ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਉੱਧਰ ਪੀੜਿਤ ਪੱਖ ਨੇ ਇਲਜ਼ਾਮ ਲਗਾਏ ਕਿ ਰੇਪ ਪੀੜਿਤਾ ਲੜਕੀ ਜੋ ਇਨਸਾਫ ਦੇ ਲਈ ਬੈਠੀ ਸੀ, ਅਚਾਨਕ ਦੂਸਰੇ ਧਿਰ ਨੇ ਕੁਝ ਆਗੂ ਉੱਥੇ ਆਏ ਅਤੇ ਉਹਨਾਂ ਨੇ ਹਮਲਾ ਕਰ ਦਿੱਤਾ। ਤਾਂ ਪੁਲਿਸ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਰੇਪ ਦਾ ਪਰਚਾ ਦਰਜ ਹੋਇਆ। ਇਸ ਮਾਮਲੇ ਦੇ ਵਿੱਚ ਪਰਿਵਾਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠਾ ਸੀ, ਤਾਂ ਦੋਨਾਂ ਧਿਰਾਂ ਦੇ ਵਿੱਚ ਡਿਸਪਿਊਟ ਹੋਇਆ ਤੇ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਵੀਡੀਓ ਖੰਗਾਲੀ ਜਾ ਰਹੀ ਹੈ ਤੇ ਕੁਝ ਬੰਦਿਆਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਇਹ ਜੀ ਦੋ ਆਪਾਂ ਜਿਹੜੇ ਹੈਗੇ ਹੈ ਮੁਦਈ ਪਾਰਟੀ, ਕੋਈ ਸਾਹਨੇਵਾਲ ਦਾ ਕੋਈ ਰੇਪ ਦਾ ਪਰਚਾ ਹੈਗਾ ਸਾਹਨੇਵਾਲ ਥਾਣੇ ਦਾ, ਉਹਨਾਂ ਦੀ ਮੁਦਈ ਪਾਰਟੀ ਨੂੰ ਵੀ ਇੱਥੇ ਲੈ ਕੇ ਆਏ ਹਾਂ ਅਤੇ ਦੂਸਰੇ ਵੀ ਜਿਹੜੇ ਹੈਗੇ ਆ ਜਿਹੜੇ ਲੜਾਈ ਝਗੜਾ ਕਰਨ ਆਏ ਸੀ ਉਹਦੇ 'ਚੋਂ ਵੀ ਕੁਛ ਬੰਦੇ ਰਾਊਂਡ ਅਪ ਕਰਕੇ ਲੈ ਕੇ ਆਏ ਹਾਂ। ਆਪਾਂ ਛਾਣਬੀਣ ਕਰਦੇ ਪਏ ਹਾਂ, ਸਾਰੇ ਮੈਟਰ ਦੀ ਦਹਿ ਤੱਕ ਜਾਵਾਂਗੇ ਜੀ, ਫਿਰ ਹੀ ਤੁਹਾਨੂੰ ਚੰਗੀ ਤਰ੍ਹਾਂ ਕੋਈ ਦੱਸ ਪਾਵਾਂਗੇ। ਹਾਂਜੀ, ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਕੋਈ ਆਏ ਸੀ ਲੜਾਈ ਝਗੜਾ ਕਰਨ ਉਹਨਾਂ 'ਚੋਂ ਵੀ ਕੁਛ ਬੰਦੇ ਆਪਾਂ ਰਾਊਂਡ ਅਪ ਕੀਤੇ ਹਾਂ। ਮੈਂ ਉਹੀ ਉਹ ਹਾਲੇ ਪੁੱਛਗਿੱਛ ਜਾਰੀ ਹੈ ਜੀ, ਹਾਲੇ ਕੁਛ ਕਲੀਅਰ ਨਹੀਂ ਹੋ ਪਾਇਆ ਚੰਗੀ ਤਰ੍ਹਾਂ ਅਤੇ ਉਹ ਪੁੱਛਗਿੱਛ। ਹਾਂਜੀ, ਉਹਦੇ ਬਾਰੇ ਜਾਂਚ ਵੀਡੀਓ ਹਾਲੇ ਲੈ ਰਹੇ ਹਾਂ ਜੀ, ਵੀਡੀਓ ਲੈ ਰਹੇ ਉਹੀ ਮੈਂ ਕਹਿ ਰਹੀ ਹਾਂ ਜੀ, ਵੀਡੀਓ ਕਢਾ ਰਹੇ ਹਾਂ, ਫਿਰ ਇਹਨਾਂ ਤੋਂ ਜਿਹੜੀ ਮੁਦਈ ਪਾਰਟੀ ਇਹਨਾਂ ਤੋਂ ਆਈਡੈਂਟੀਫਾਈ ਕਰਾਵਾਂਗੇ ਵੀ ਕਿਹੜਾ ਕਿਹੜਾ ਬੰਦਾ, ਅਤੇ ਇਹ ਆਪਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਪਾਉਣਗੇ ਵੀ ਕਿਹੜੇ ਉਹਨਾਂ ਦੇ ਬੰਦੇ ਆ ਅਤੇ ਕਿਹੜੇ ਕੋਈ ਬਾਹਰ ਦੇ ਬੰਦੇ ਨਾਲ। ਹਾਂਜੀ ਹਾਂਜੀ, ਇਹ ਤਾਂ ਡਿਵੀਜ਼ਨ ਨੰਬਰ 5 ਥਾਣੇ ਦਾ ਏਰੀਆ।